ਅਮਰੀਕੀ ਦੂਤਕਰਦੀ ਰਾਜਦੂਤ ਇਨਚਾਰਜ ਅਲੀਜ਼ਾ ਬੈਚ ਚੌਨਸ ਨੇ ਕਿਹਾ ਕਿ ਅਮਰੀਕਾ ਭਾਰਤ ਵਿੱਚ ਵੀਜ਼ਾ ਜਾਰੀ ਕਰਨ 'ਚ ਲੰਬੇ ਸਮੇਂ ਇੰਤਜ਼ਾਰ ਦੇ ਸਮੇਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਜ਼ਬਰਦਸਤ ਕੋਸ਼ਿਸ਼ ਕਰ ਰਿਹਾ। ਉਹਨਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਵੀਜ਼ਾ ਦੀ ਵੱਡੀ ਮੰਗ ਕਾਰਨ ਦੇਸ਼ ਵਿੱਚ ਸਥਿਤੀ ਵਿਸ਼ੇਸ਼ ਤੌਰ ਤੇ ਖਰਾਬ ਹੈ। ਨਵ ਨਿਯੁਕਤ ਡਿਪਲੋਮੈਟ ਨੇ ਕਿਹਾ ਕਿ ਮੁੱਦਾ واਸ਼ਿੰਗਟਨ ਦੀਆਂ ਤਰਜੀਹਾਂ ਵਿੱਚ ਸਿਖਰ ਤੇ ਹੈ ਅਤੇ ਵੀਜ਼ਾ ਲਈ ਉਡੀਕ ਸਮੇਂ ਨੂੰ ਘਟਾਉਣ ਲਈ ਸ਼ੁਰੂ ਕੀਤੇ ਜਾ ਰਹੇ ਯਤਨਾਂ ਵਿੱਚ ਵੀਜ਼ਾ ਸਲਾਹਕਾਰਾਂ ਦੀ ਭਰਤੀ ਅਤੇ ਸਿਖਲਾਈ ਸ਼ਾਮਲ ਹੈ। ਭਾਰਤ ਵਿੱਚ ਪਹਿਲੀ ਵਾਰੀ ਵੀਜ਼ੇ ਬਿਨੈਕਾਰਾਂ ਲਈ ਲੰਬੇ ਇੰਤਜ਼ਾਰ ਦੀ ਮਿਆਦ ਬਾਰੇ ਚਿੰਤਾਵਾਂ ਵਧ ਰਹੀਆਂ ਨੇ ਖਾਸ ਤੌਰ ਤੇ B1 ਅਤੇ B2 ਸ਼੍ਰੇਣੀਆਂ ਦੇ ਅਧੀਨ ਅਰਜ਼ੀ ਦੇਣ ਵਾਲਿਆਂ ਲਈ ਜੌਨਸ ਨੇ ਮੀਡੀਆ ਨੂੰ ਦੱਸਿਆ ਕਿ ਵੀਜ਼ਾ ਲੰਬੇ ਇੰਤਜ਼ਾਰ ਦੀ ਸਮੱਸਿਆ ਕਰੋਨਾ ਵਾਇਰਸ ਮਹਾਮਾਰੀ ਕਾਰਨ ਸ਼ੁਰੂ ਹੋਈ ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਸਥਿਤੀ ਖਾਸ ਤੌਰ ਤੇ ਖਰਾਬ ਹੈ ਕਿਉਂਕਿ ਵੀਜ਼ਾ ਦੀ ਮੰਗ ਬਹੁਤ ਜ਼ਿਆਦਾ ਹੈ ਭਾਰਤ ਵਿੱਚ ਪਹਿਲੀ ਵਾਰ ਵੀ1 ਵੀ2 ਵੀਜ਼ਾ ਬਿਨੇਕਾਰਾਂ ਲਈ ਉਡੀਕ ਦੀ ਮਿਆਦ 3 ਸਾਲਾਂ ਦੇ ਨੇੜੇ ਹੈ ਜੌਨਸ ਨੇ ਕਿਹਾ ਅਸੀਂ ਜਾਣਦੇ ਹਾਂ ਕਿ ਇਹ ਬਹੁਤ ਮੁਸ਼ਕਲ ਸਥਿਤੀ ਰਹੀ ਹੈ ਅਸੀਂ ਤੁਹਾਨੂੰ ਧੀਰਜ ਰੱਖਣ ਦੀ ਬੇਨਤੀ ਕਰਦੇ ਹਾਂ ਮੈਂ ਤੁਹਾਨੂੰ ਗਾਰੰਟੀ ਦੇ ਸਕਦਾ ਹਾਂ ਕਿ ਇਹ ਇੱਕ ਬਹੁਤ ਗੰਭੀਰ ਮੁੱਦਾ ਹੈ ਵਾਸ਼ਿੰਗਟਨ ਦੀਆਂ ਤਰਜੀਹਾਂ ਵਿੱਚ ਸਿਖਰ ਤੇ ਹੈ ਅਤੇ ਇੱਥੇ ਭਾਰਤ ਵਿੱਚ ਇਸ ਸਮੱਸਿਆ ਨੂੰ ਹੱਲ ਕਰਨ ਲਈ ਬਹੁਤ ਯਤਨ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਅਮਰੀਕਾ ਨੇ ਇਸ ਸਾਲ ਭਾਰਤੀ ਵਿਦਿਆਰਥੀਆਂ ਨੂੰ 82000 ਵੀਜ਼ੇ ਜਾਰੀ ਕੀਤੇ ਨੇ